वीर बजरंगी, जयकारा वीर बजरंगी, शिव सेना पंजाब जिंदाबाद, शिव सेना पंजाब जिंदाबाद, संजीव कनौली जिंदाबाद, श्री राजीव टंडन जिंदाबाद, शिव सेना पंजाब। मैं संजीव राजपुरा, मीत प्रधान शिव सेना पंजाब। मैं अज ये गल पुछनी चाहना है भी दिल्ली दे विच की होया, 300 दे लगभग बैरीकेड तोड़ दिते, 8 बसां दा नुकसान पहुँचाया गया, कि ये किसान सी? जे ये किसान सी तां किसान अपनी जिम्मेवारियां अपने उत्ते लेन, नहीं तां जो साडे नैशनल प्रधान श्री संजीव कनौली जी ने कहा सी भी उत्थे खालिस्तान दे झंडे लगदे हन सिंघू बार्डर ते, ते नाल उत्थे फोटोआं लगदियां सीगियां, खालिस्तानी दीआं फोटोआं लगदियां सीगियां, भिंडरांवाले दी फोटो लगती सी, जगतार सिंह हवारा दी फोटो लगती सी। उस टाइम साडे प्रधान जी ने सुचेत किया सी, पर अज बिल्ली थैलों बाहर आ गई, सारा कुछ सामने आ गया। तो बाकी रही गल लाल किले दे झंडा लहराने दी, वो साडे देश का बड़ा अपमान होया है। ये साडा तिरंगा झंडा साडा मान है, साडे देश का सन्मान है। अज तिरंगा झंडा साडा ला के परां सुट्टिया गया, तो साडा बड़ा साडे देश का बड़ा अपमान होया। असी सरकार नूं पुछना चाहते हैं भी इन्हां ते पूरी करड़ी कार्रवाई की जाए, नहीं तो आने वाले टाइम के होर माहौल खराब हो सकता है। ਬੰਦੇ ਦਾ ਕਹਿ ਰਹੇ ਵੀ ਸਾਡੇ ਬੰਦੇ ਹੈ ਨਹੀਂ ਇਹ ਜੀ, ਸਾਡੇ ਜੋ ਅਸਲੀ ਕਿਸਾਨ ਆ ਉਹ ਤਾਂ ਧਰਨਿਆਂ ਦੇ ਵਾਪਸ ਆ ਗਏ ਜੀ। ਜੇ ਇਹ ਬੰਦੇ ਕਿਸਾਨਾਂ ਦੇ ਨਹੀਂ ਤਾਂ ਕਿਸਾਨ ਜ਼ਿੰਮੇਵਾਰੀਆਂ ਲੈਣੀਆਂ ਛੱਡ ਦੇਣ ਵੀ ਇਹ ਬੰਦੇ ਸਾਡੇ ਨਹੀਂ, ਫਿਰ ਸਰਕਾਰ ਆਪ ਦੇਖੇਗੀ ਉਹਨਾਂ ਨੂੰ। ਜਿਹੜਾ ਦਿੱਲੀ ਦੇ ਅੰਦਰ ਜੋ ਵੀ ਨੁਕਸਾਨ ਹੋਇਆ ਉਹ ਲੋਕੀ ਇਹ ਕਹਿ ਦਿੰਦੇ ਆ ਵੀ ਇਸ 'ਚ ਜਿਹੜੀ ਦਿੱਲੀ ਦੀ ਰਾਜਨੀਤੀ ਵੀ ਹੈ। ਆਮ ਲੋਕੀ ਇਹ ਕਹਿ ਰਹੇ ਆ ਵੀ ਉੱਥੋਂ ਜਿਹੜਾ ਬਾਹਰ ਰਿੰਗ ਰੋਡ ਹੈ, ਰਿੰਗ ਰੋਡ ਤੋਂ ਲੈ ਕੇ ਜਿਹੜਾ ਕਿਲਾ ਆਉਂਦਾ ਲਾ ਲਾਲ ਕਿਲਾ ਜਿਹਨੂੰ ਆਪਾਂ ਕਹਿ ਰਹੇ, ਜਿੱਥੇ ਉਹਨਾਂ ਨੇ ਝੰਡਾ ਲਹਿਰਾਇਆ, ਉਹ 20 ਕਿਲੋਮੀਟਰ ਦਾ ਦੂਰੀ ਹੈ। ਵੀ ਇਹ ਕਿਸ ਤਰ੍ਹਾਂ ਉੱਥੇ ਪਹੁੰਚ ਗਏ? ਕੀ ਇਹ ਕੋਈ ਗੇਮ ਤਾਂ ਨਹੀਂ ਹੈ ਜਿਹੜੀ ਕੇਂਦਰ ਸਰਕਾਰ ਦੀ ਹੈ? ਸਰਕਾਰ ਕੋਲ ਸਾਰਾ ਕੁਛ ਹੈ, ਖੁਫੀਆ ਏਜੰਸੀਆਂ ਹੈ, ਸਰਕਾਰ ਇਹਨਾਂ ਦੀ ਛਾਣਬੀਣ ਕਰੇ। ਇੰਨਾ ਬੰਦਾ ਉੱਥੇ ਕਿਵੇਂ ਇੱਕ ਲਖਤ ਪਹੁੰਚਿਆ, ਇੰਨੇ ਬੰਦੇ ਨੇ ਉੱਥੇ ਕਿਵੇਂ ਝੰਡਾ ਚੜ੍ਹਾਉਣ ਵਾਲਾ ਕਿਵੇਂ ਉੱਤੇ ਗਿਆ? ਸਰਕਾਰ ਕੋਲ ਏਜੰਸੀਆਂ ਹੈਗੀਆਂ, ਸਰਕਾਰ ਇਹਨਾਂ ਦੀ ਛਾਣਬੀਣ ਕਰਕੇ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ। ਤੁਸੀਂ ਕਹਿ ਰਹੇ ਹੋ ਤੁਹਾਡੇ ਪ੍ਰਧਾਨ ਜਿਹੜੇ ਹੈਗੇ ਸੰਜੀਵ ਕਨੌਲੀ ਜੀ, ਉਹਨਾਂ ਨੇ ਕੁਛ ਦਿਨ ਪਹਿਲਾਂ ਇਹ ਗੱਲ ਰੱਖੀ ਸੀ ਤਾਂ ਕਈ ਲੋਕ ਉਹਨਾਂ ਦੇ ਖਿਲਾਫ਼ ਹੋ ਗਏ ਸੀਗੇ ਜਿਹੜੇ ਹੈ, ਕੀ ਉਹ ਜਿਹੜੇ ਲੋਕ ਉਹਨਾਂ ਦੇ ਖਿਲਾਫ਼ ਹੈ ਕੀ ਉਹ ਕਿਸਾਨ ਸੀ ਜਾਂ ਕੋਈ ਐਵੇਂ ਹੀ ਅੱਤਵਾਦੀ ਟਾਈਪ ਦੇ ਬੰਦੇ ਸੀ ਜਿਹੜੇ ਉਹਨਾਂ ਨੂੰ ਖਰਾਬ ਕਰਦੇ ਸੀ? ਮੈਂ ਦੱਸਣਾ ਚਾਹੁੰਦਾ ਵੀ ਦੇਖੋ, ਟਰੈਕਟਰਾਂ ਦੇ ਨਾਲ ਪੁਲਿਸ 'ਤੇ ਹਮਲਾ ਕੀਤਾ ਗਿਆ। ਟਰੈਕਟਰ ਵੀ ਇੱਕ ਹਥਿਆਰ ਆ, ਇੱਕ ਟਰੈਕਟਰ ਨਾਲ ਆਪਾਂ 40-50 ਬੰਦਿਆਂ ਨੂੰ ਅੱਗੇ ਅੱਗੇ ਲਾ ਸਕਦੇ ਹਾਂ। ਟਰੈਕਟਰ ਵੀ ਇੱਕ ਹਥਿਆਰ ਆ, ਇਹ ਕੋਈ ਛੋਟਾ ਹਥਿਆਰ ਨਹੀਂ, ਟਰੈਕਟਰ ਨਾਲ ਵੀ ਆਪਾਂ ਖੂਨ ਖਰਾਬਾ ਕਰ ਸਕਦੇ ਹਾਂ। ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੇ ਬੰਦੇ ਇਹ ਟਰੈਕਟਰ ਲੈ ਕੇ ਪੁਲਿਸ ਪਰ ਹਮਲਾ ਕੀਤਾ, ਇਹਨਾਂ ਦੀ ਛਾਣਬੀਣ ਕੀਤੀ ਜਾਵੇ। ਇਹ ਕਿਸਾਨ ਅਤੇ ਆ ਕੋਈ ਹੋਰ ਏਜੰਸੀ ਸੀਗੀ? ਕਿਸਾਨ ਆਗੂ ਦਾ ਇਹ ਦੋਸ਼ ਲਾ ਰਹੇ ਕਿ ਸਾਰੀ ਗੇਮ ਹੀ ਸਰਕਾਰ ਦੀ ਹੈ, ਵੀ ਸਰਕਾਰ ਨੇ ਕਰਵਾਇਆ ਸਾਰਾ ਕੁਝ ਕਿਸਾਨਾਂ ਨੂੰ ਕਰਨ ਵਾਸਤੇ, ਬਦਨਾਮ ਕਰਨ ਵਾਸਤੇ, ਕਿਉਂਕਿ ਇੱਕ ਸਪੈਸ਼ਲ ਬੰਦੇ ਦਾ ਨਾਂ ਆ ਰਿਹਾ ਜੋ ਕਲਾਕਾਰ ਵੀ ਹੈ ਕਿ ਉਹ ਸਰਕਾਰ ਦਾ ਹੱਥ ਟੋਕਾ ਇਹ ਉਹਨੇ ਸਾਰਾ। ਦੇਖੋ ਜਦੋਂ ਕਿਸਾਨਾਂ ਦਾ ਰੂਟ ਤੈਅ ਕੀਤਾ ਗਿਆ, ਕਿਸਾਨਾਂ ਨੂੰ ਟਾਈਮ ਦਿੱਤਾ ਗਿਆ, ਕਿਸਾਨਾਂ ਨੂੰ ਰੂਟ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਸੀ, ਜੋ ਟਾਈਮ ਦਿੱਤਾ ਗਿਆ ਸੀ ਉਹ ਤੋਂ ਪਹਿਲਾਂ ਨਹੀਂ ਤੁਰਨਾ ਚਾਹੀਦਾ ਸੀ, ਜੋ ਖਾਲਿਸਤਾਨੀ ਕਿਸਾਨਾਂ ਦੇ ਵਿੱਚ ਲੁਕੇ ਹੋਏ ਸੀ ਉਹ ਉਹਨਾਂ ਨੂੰ ਪਹਿਲਾਂ ਆਪਣਾ ਖਿਆਲ ਆਪ ਰੱਖਣਾ ਚਾਹੀਦਾ ਸੀ ਕਿਸਾਨਾਂ ਨੂੰ, ਵੀ ਇਹ ਜੋ ਖਾਲਿਸਤਾਨ ਆ ਇਹਨਾਂ 'ਤੇ ਪਾਬੰਦੀ ਲਾਈ ਜਾਵੇ, ਇਹਨਾਂ ਨੂੰ ਰੋਕਿਆ ਜਾਵੇ, ਇਹਨਾਂ 'ਤੇ ਨਿਗਾਹ ਰੱਖੀ ਜਾਵੇ, ਸਰਕਾਰ ਨੂੰ ਤਲਾਹ ਦਿੱਤੀ ਜਾਵੇ, ਸਾਰਾ ਕੁਛ ਪਤਾ ਹੀ ਹੁੰਦਾ ਜੀ। ਇਹ ਤਾਂ ਕਿਸਾਨਾਂ ਨੂੰ ਆਪਣੇ ਆਪ ਚਾਹੀਦਾ ਸੀ। ਕਿਸਾਨਾਂ ਜ਼ਿੰਮੇਵਾਰੀ ਤੋਂ ਭੱਜ ਰਹੇ ਆਪਣੀ ਤੁਸੀਂ? ਦੇਖੋ ਕਿਸਾਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ, ਕਿਸਾਨਾਂ ਦਾ 6 ਮਹੀਨੇ ਦਾ ਸੰਘਰਸ਼ ਚੱਲ ਰਿਹਾ ਸੀ ਜੋ ਮਿੱਟੀ ਮਿੱਟੀ ਕਰ ਦਿੱਤਾ। ਇਹ ਕੁਛ ਸ਼ਰਾਰਤੀ ਅਨਸਰਾਂ ਨੇ ਵਿੱਚ ਨਾਲ ਰਲ ਕੇ ਕਿਸਾਨਾਂ ਦੇ ਅੰਦੋਲਨ ਦੀ ਵੀ ਪੱਟੀ ਮੇਜ਼ ਕਰ ਦਿੱਤੀ। ਸ਼ਿਵ ਸੈਨਾ ਪੰਜਾਬ ਜਿਹੜੀ ਹੈ ਆਉਣ ਵਾਲੇ ਟਾਈਮ 'ਚ ਜਿਹੜੇ ਅਸਲੀ ਕਿਸਾਨ ਨੂੰ ਉਹਨਾਂ ਬਾਰੇ ਕੀ ਸੰਦੇਸ਼ ਦੇਣਾ? ਦੇਖੋ ਸ਼ਿਵ ਸੈਨਾ ਕਿਸਾਨਾਂ ਦੇ ਖਿਲਾਫ਼ ਨਾ ਪਹਿਲਾਂ ਸੀ ਨਾ ਹੋਣਾ, ਸਿਰਫ ਸਾਡੇ ਪ੍ਰਧਾਨ ਜੀ ਨੇ ਇਹੀ ਗੱਲ ਦਾ ਵਿਰੋਧ ਕੀਤਾ ਸੀ ਵੀ ਸਿੰਘੂ ਬਾਰਡਰ 'ਤੇ ਖਾਲਿਸਤਾਨ ਦਾ ਨਾਰੇ ਕਿਉਂ ਲੱਗ ਰਹੇ ਹਾਂ। ਸਗੋਂ ਸਾਡੇ ਇੱਕ ਕਿਸੇ ਵੀਰ ਨੇ ਸਾਡੇ ਪ੍ਰਧਾਨ ਸਾਹਿਬ ਨੂੰ ਫੋਨ ਕਰਕੇ ਉਹਨਾਂ ਦਾ ਮਜ਼ਾਕ ਵੀ ਉਡਾਇਆ ਵੀ ਤੁਸੀਂ ਕਿਸਾਨਾਂ ਦੇ ਬਿੱਲਾਂ ਦੇ ਬਾਰੇ ਦੱਸੋ, ਬਿੱਲ ਕਿਆ ਹੈ? ਸਾਡੇ ਪ੍ਰਧਾਨ ਨੇ ਜਾਂ ਸਾਡੀ ਸ਼ਿਵ ਸੈਨਾ ਨੇ ਕਿਆ ਬਿੱਲਾਂ ਤੋਂ ਲੈਣਾ ਹੈ? ਅਸੀਂ ਤਾਂ ਸਿਰਫ ਖਾਲਿਸਤਾਨੀ ਅਨਸਰਾਂ ਦੇ ਖਿਲਾਫ਼ ਹਾਂ ਤਾਂ ਕਿ ਆਪਣੇ ਦੇਸ਼ ਨੂੰ ਬਚਾਇਆ ਜਾਵੇ। ਜੋ ਦੇਸ਼ ਦੀਆਂ ਵਿਰੋਧੀ ਤਾਕਤਾਂ ਗੁਰਪਤਵੰਤ ਪੰਨੂ ਵਰਗੇ ਵਿਦੇਸ਼ਾਂ ਵਿੱਚ ਬਹਿ ਕੇ ਫੰਡਿੰਗ ਕਰ ਰਹੇ ਹਾਂ ਵਿਰੋਧੀ ਤਾਕਤਾਂ, ਉਸ ਦਾ ਉਹਨਾਂ ਦੇ ਖਿਲਾਫ਼ ਆ, ਨਾ ਕਿ ਕਿਸਾਨਾਂ ਦੇ ਖਿਲਾਫ਼। ਠੀਕ ਹੈ ਮੇਰੇ ਸਰ, ਤੁਸੀਂ ਕੁਛ ਮਤਲਬ ਜਿਸ ਤਰ੍ਹਾਂ ਦੀਪ ਸਿੱਧੂ ਵਰਗੇ ਉਹਨੂੰ ਤਾਂ ਛੱਡ ਦਿਓ, ਉੱਥੇ ਹਜ਼ਾਰਾਂ ਕਿਸਾਨ ਵੀ ਰਹੇ, ਹੋਰ ਵੀ ਸ਼ਰਾਰਤੀ ਅਨਸਰ ਵੀ ਸੀਗੇ,
ਤੁਹਾਡਾ ਕਹਿਣਾ ਕੀ ਹੈ ਕਿ ਇੱਥੇ ਕਿਸਾਨ ਸੀਗੇ ਜਾਂ ਹੋਰ ਸ਼ਰਾਰਤੀ, ਤੁਸੀਂ ਦੇਖੋ ਕੀ ਸਮਝਦੇ ਹੋ ਇਹਦੇ ਵਿੱਚ? ਕਿਸਾਨਾਂ ਦੇ ਵਿੱਚ ਹੀ ਸ਼ਰਾਰਤੀ ਅਨਸਰ ਲੁਕੇ ਹੋਏ ਆ, ਜਿਨ੍ਹਾਂ ਦਾ ਸਾਨੂੰ ਡਰ ਸੀ ਉਹ ਹੋ ਗਿਆ। ਪਹਿਲਾਂ ਹੀ ਪਤਾ ਸੀ ਜੋ ਸ਼ਰਾਰਤੀ ਅਨਸਰ ਉੱਥੇ ਖਾਲਿਸਤਾਨ ਦੇ ਨਾਰੇ ਲਗਾਉਂਦੇ ਆ, ਉੱਥੇ ਝੰਡੇ ਲਾਉਂਦੇ ਆ ਅਤੇ ਖਾਲਿਸਤਾਨ ਦੀਆਂ ਫੋਟੋਆਂ ਲਾਉਂਦੇ ਆ, ਭਿੰਡਰਾਂ ਵਾਲੇ ਦੀ ਫੋਟੋ ਲਾਉਂਦੇ ਆ, ਜਗਤਾਰ ਸਿੰਘ ਹਵਾਰੇ ਦੀ ਫੋਟੋ ਲਾਉਂਦੇ ਆ। ਕਿਆ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਅੱਤਵਾਦੀ ਨਹੀਂ ਮੰਨਦੇ? 17 ਬੰਦਿਆਂ ਦਾ ਕਤਲ, ਮੌਜੂਦਾ ਮੁੱਖ ਮੰਤਰੀ ਦਾ ਕਤਲ, ਕੀ ਜਗਤਾਰ ਸਿੰਘ ਹਵਾਰਾ ਅੱਤਵਾਦੀ ਨਹੀਂ? ਅਸੀਂ, ਸਾਡੀ ਪਾਰਟੀ ਉਹਨੂੰ ਅੱਤਵਾਦੀ ਮੰਨਦੀ ਆ, ਅੱਤਵਾਦੀ ਮੰਨਦੀ ਰਹੇਗੀ। ਅਸੀਂ ਦੇਸ਼ ਦੇ ਹੱਕ ਦੇ ਵਿੱਚ ਲੜਾਂਗੇ, ਲੜਦੇ ਵੀ ਸੀ, ਲੜਦੇ ਵੀ ਰਹਾਂਗੇ। ਠੀਕ ਹੈ ਜੀ, ਸਾਡਾ ਸ਼ਿਵ ਸੈਨਾ ਦਾ ਏਜੰਡਾ, ਜਿਹੜੇ ਦੇਸ਼ ਧਰੋਹੀ ਬੰਦੇ ਆ ਉਹਨਾਂ ਨੂੰ ਉੱਥੇ ਫੜ ਕੇ ਉਹਨਾਂ ਦੀ ਜਾਂਚ ਕਰਕੇ ਉਹਨਾਂ 'ਤੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ। ਵੀਰ ਬਜਰੰਗੀ।